ਵਾਹਣ ਕੋਲ ਪੰਥ ਦੇ ਮਹਾਨ ਵਿਦਵਾਨ ਅਕਾਲੀ ਕੌਰ ਸਿੰਘ ਜੀ ਨਿਹੰਗ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਬਕਰਾ ਲਿਖਿਆ ਉਹਨਾਂ ਨੇ ਸਵਾਲ ਕੀਤਾ ਉਹ ਕਹਿੰਦੇ ਕਿਹੜਾ ਵਾਹਣ ਸੀ ਜਿਹਦਾ ਪਟਨੇ ਦਾ ਜਨਮ ਹੋਇਆ ਸੀ ਆਖੋ ਸੰਤਾਂ ਨਹੀਂ ਪ੍ਰਕਾਸ਼ ਹਵਾਰਾ ਭਇਓ ਪਟਨਾ ਸ਼ਹਿਰ ਵਿਖੇ ਪਲ ਲਿਓ ਉਹ ਕਿਹੜਾ ਵਾਹਣ ਸੀ ਜਿਸ ਨੇ ਧਰਮ ਯੁੱਗ ਦੇ ਲਈ ਖੰਡਾ ਚੁੱਕਿਆ ਸੀ ਉਹ ਕਿਹੜਾ ਵਾਹਣ ਸੀ ਜਿਸ ਨੇ ਆਪਣੇ ਪਿਤਾ ਨੂੰ ਦੇਸ਼ ਤੋਂ ਵਾਰਿਆ ਸੀ ਉਹ ਵਾਹਣ ਕਦੀ ਹੋ ਹੀ ਨਹੀਂ ਸਕਦਾ ਉਹ ਤਾਂ ਛਤਰੀ ਲੋਕ ਉਤਮ ਵਾਹਣ ਤੋਂ ਲੈ ਕਹਿਣ ਵਾਲਾ ਸਾਹਿਬ ਕਮਾਲ ਪੰਥ ਦਾ ਵਾਜੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਅੱਖਰ ਅੱਖਰ ਦਸਮ ਗ੍ਰੰਥ ਸਾਹਿਬ ਦਾ ਬੋਲ ਰਿਹਾ ਹੈ ਫਿਰ ਪਰੰਪਰਾਗਤ ਇਤਿਹਾਸ ਦੱਸਦਾ ਸਰਦਾਰ ਸੁਰਜੀਤ ਸਿੰਘ ਮਿਸ਼ਰੀ ਦਾ ਜ਼ਿਕਰ ਆਇਆ ਮੈਂ ਪਿੱਛੇ ਜਬਲਪੁਰ ਕਥਾ ਕਰਨ ਗਿਆ ਬੜਾ ਵੱਡਾ ਦੀਵਾਨ ਲੱਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗਿਆਨੀ ਸ਼ੇਰ ਸਿੰਘ ਆ ਰਿਹਾ ਤਾਂ ਉਹਨਾਂ ਨੇ ਜਾਣ ਕੇ ਸੁਰਜੀਤ ਸਿੰਘ ਮਿਸ਼ਰੀ ਦਾ ਲਿਖਿਆ ਹੋਇਆ ਪੈਫਲੈਟ ਸੰਗਤਾਂ 'ਚ ਵੰਡ ਦਿੱਤਾ ਔਰ ਉਹਦੇ ਵਿੱਚ ਕੁਫਰ ਤੋਂ ਲਿਆ 1877 ਤੋਂ ਪਹਿਲਾਂ ਕਹਿੰਦੇ ਦਸਮ ਗ੍ਰੰਥ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ 1877 ਦੇ ਵਿੱਚ ਦਸਮ ਗ੍ਰੰਥ ਘੜ ਕੇ ਅੰਗਰੇਜ਼ਾਂ ਦੇ ਸਮੇਂ ਸਿੱਖਾਂ ਦੇ ਵਿੱਚ ਪ੍ਰਚਾਰ ਦਿੱਤਾ ਗਿਆ ਤੇ ਫਿਰ ਉੱਥੇ ਜਵਾਬ ਨਾਲ ਹੀ ਹੈ ਕਿ 1847 ਵਿੱਚ ਤਾਂ ਸੂਰਜ ਪ੍ਰਕਾਸ਼ ਹੁੰਦਾ ਹੋਇਆ ਤੋਂ ਸਤਨਾਮ ਦੇਵਾਏ 1847 ਵਿੱਚ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਪੂਜਾ ਕਰ ਰਹੇ ਨੇ ਤੇ ਭਾਈ ਸਾਹਿਬ ਜੀ ਆਪਣੀ ਕਰਮਨਾਲ ਦੇ ਖੜੇ ਨੇ ਪਟਨੇ ਪੌਂਦੇ ਸਾਹਿਬ ਦਾ ਇਤਿਹਾਸ ਵੀ ਕਲਿੰਦਨੀ ਦੇ ਕੂਲ ਜਮਨਾ ਦੇ ਕੰਢੇ ਤੇ ਬਹਿ ਕੇ ਕਲਮੀਆਂ ਵਾਲੇ ਪਾਤਸ਼ਾਹ ਕ੍ਰਿਸ਼ਨਾ ਨੂੰ ਲਾਭ ਲਿਖਵਾ ਰਹੇ ਸਨ ਤੇ ਹਜ਼ੂਰ ਆਪ ਵੀ ਲਿਖਦੇ ਨੇ 1745 ਮੈਂ ਸਾਵਣ ਸੁੱਧ ਸਥਿਤ ਦੀਪ ਨਗਰ ਪਾਮਦਾ ਸ਼ੁਭ ਕਰਨ ਜਮਨਾ ਬਹਿ ਸਮੀਪ ਇੱਥੇ ਜਮਨਾ ਦੇ ਕੰਢੇ ਹੋਰ ਕਿਹੜਾ ਕਵੀ ਹੋਵੇਗਾ ਕਿਹੜਾ ਕਵੀ ਹੋਵੇਗਾ ਜਿਹੜਾ ਸਿੱਖ ਮਤ ਦੇ ਉੱਲ ਲਿਖ ਸਕਦਾ ਜੇ ਉਲਟ ਜੇ ਕਿਸੇ ਹੋਰ ਨੇ ਵੀ ਲਿਖਿਆ ਪਟਨੇ ਪੌਂਦੇ ਸਾਹਿਬ ਬਹਿ ਕੇ ਲਿਖਿਆ ਜਮਨਾ ਦੇ ਕੰਢੇ ਤੇ ਲਿਖਿਆ ਕਿ ਕਰਨੀ ਤੱਕ ਪਤਾ ਨਹੀਂ ਲੱਗਿਆ ਕੈਸੇ ਕਮਾਲ ਦੀ ਗੱਲ ਹੈ ਇਹਨਾਂ ਸੱਜਣਾ ਦਾ ਇੱਕੋ ਅਸੂਲ ਹੈ ਕਿ ਦੁੱਧ ਨੂੰ ਕਾਲਾ ਕਹੋ ਦੁੱਧ ਦਾ ਰੰਗ ਪੁੱਛੋ ਨਾ ਇਹਨਾਂ ਨੂੰ ਤੇ ਕਾਲਾ ਹੀ ਦੱਸਣਗੇ ਦੁੱਧ ਦਾ ਰੰਗ ਦਿੱਤਾ ਨਹੀਂ ਕਹਿਣਗੇ ਚੌਪਈ ਨੂੰ ਹੁਣ ਅੱਜ ਦੀ ਫੁਟਵਾੜੀ 'ਚ ਕਹਿੰਦੇ ਅਸੀਂ ਚੌਪਈ ਨੂੰ ਮੰਨਦੇ ਜੇ ਤੁਸੀਂ ਚੌਪਈ ਨੂੰ ਮੰਨਦੇ ਹੋ ਤੇ ਕਾਲਿਆਂ ਫਗਾਣੇ ਨੂੰ ਸਨਮਾਨ ਕਿਉਂ ਕਰਦੇ ਹੋ ਉਹਦੇ ਖਿਲਾਫ ਕਦੀ ਕਿਉਂ ਨਹੀਂ ਸਿੱਖ ਫੁਟਵਾੜੀ 'ਚ ਲਿਖਿਆ ਕਿਉਂਕਿ ਸਿੱਖ ਪੰਥ ਦੀ ਜੋ ਮਰਿਆਦਾ ਸੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੈ ਉਹਦੇ ਚੌਪਈ ਦੇ ਕਿਸਮ ਭਗਵਤੀ ਦੀ ਵਾਰ ਬਿਲਕੁਲ ਪ੍ਰਵਾਨਿਤ ਹੈ ਯਾਨੀ ਭਾਰਤ ਸਿੰਘ ਨੂੰ ਇਸੇ ਬਿਨਾਂ ਦੇ ਪੰਥ ਨੂੰ ਛੇਕਿਆ ਗਿਆ ਹੈ ਕਿ ਉਸਨੇ ਦਸਮ ਗ੍ਰੰਥ ਨਿਰਣੇ ਲਿਖ ਕੇ ਭਗਵਤੀ ਦੀ ਵਾਰ ਤੇ ਔਰ ਇਸ ਮੁੱਦੇ ਤੇ ਜੋ ਚੌਪਈ ਸਾਹਿਬ ਹੈ ਇਹਦੇ ਉੱਤੇ ਕਿੰਤੂ ਕੀਤਾ ਸੀ ਪੰਥ ਛੇਕ ਦਿੱਤਾ ਗਿਆ ਔਰ ਜੇ ਕਾਲਾ ਫਗਾਨਾ ਉਸ ਤੋਂ ਵੀ ਦੋ ਗ੍ਰੰਥ ਅੱਗੇ ਲੱਭਿਆ ਉਹ ਕਹਿੰਦਾ ਜਾਪ ਸਾਹਿਬ ਦੀ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਕਹਿੰਦਾ ਜੇ ਹੋਵੇ ਤੇ ਕਹਿੰਦਾ ਮੈਂ ਨਹੀਂ ਮੰਨਦਾ ਤੇ ਐਤਕੀ ਹੁਣ ਕਹਿੰਦਾ ਮੈਂ ਖੰਡੇ ਦੀ ਪੌਦ ਨੂੰ ਅੰਮ੍ਰਿਤ ਨਹੀਂ ਮੰਨਦਾ ਦੇਖੋ ਕਹਿੰਦਾ ਵੀ ਖੰਡੇ ਦੀ ਪੌਦ ਨੂੰ ਮੈਂ ਅੰਮ੍ਰਿਤ ਨਹੀਂ ਮੰਨਦਾ ਪਰ ਤੂੰ ਅੰਮ੍ਰਿਤ ਸ਼ਰਾਬ ਦੀ ਬੋਤਲ ਨੂੰ ਮੰਨਦਾ ਹੋਇਆ ਇਹਦਾ ਤਾਂ ਅਰਥ ਇਹ ਨਿਕਲਦਾ ਨਾ ਜੇ ਤੂੰ ਖੰਡੇ ਦੀ ਪੌਦ ਨੂੰ ਅੰਮ੍ਰਿਤ ਨਹੀਂ ਮੰਨਦਾ ਤੇ ਫਿਰ ਅੰਮ੍ਰਿਤ ਕਿਹੜਾ ਜੇ ਸਾਰਾ ਪੰਥ ਇੱਥੋਂ ਤੱਕ ਕੇ ਅਕਾਲ ਤਖ਼ਤ ਦੀ ਮਰਿਆਦਾ ਵੀ ਕਹਿ ਰਹੀ ਕਿ ਖੰਡੇ ਦੀ ਪੌੜ ਹੀ ਅੰਮ੍ਰਿਤ ਹੈ ਔਰ ਸਤਿਗੁਰਾਂ ਨੇ ਉਹੀ ਅੰਮ੍ਰਿਤ ਮੁੜ ਤੋਂ ਧੁਰਦਰਗਾਹ ਹੀ ਆਇਆ ਤੇ ਖੰਡੇ ਦੀ ਦਾਤ ਨੂੰ ਦੁਆਰਾ ਦਿੱਤਾ ਉਸ ਨੂੰ ਜੈਸੇ ਕਰ ਰਿਹਾ ਉਸ ਬੰਦੇ ਦੇ ਖਿਲਾਫ਼ ਕਦੀ ਕਿਉਂ ਨਹੀਂ ਬੋਲੇ ਜਿਹੜੇ ਕਹਿੰਦੇ ਅਸੀਂ ਕਿਉਂ ਪਈ ਤੇ ਹਾਮੀ ਹਾਂ ਹੁਣ ਕਿਉਂ ਹਾਮੀ ਹੈ ਕਿਉਂਕਿ ਅਕਾਲ ਤਖ਼ਤ ਤੋਂ ਡਰਦੇ ਨੇ ਵੀ ਜੇ ਅਸੀਂ ਮਾੜੇ ਜੇ ਬੋਲੇ ਗੁੱਸੇ ਤੇ ਹੁਣ ਕਾਬੂ ਆ ਜਾਵਾਂਗੇ ਬੜੇ ਚਲਾਕ ਨੇ ਲੋਕ ਸਾਹਿਬ ਸਾਹਿਬ ਜੀ ਚਲਾਕੀਆਂ ਨਹੀਂ ਚੱਲਣ ਦੇਣੀਆਂ ਖੁਸ਼ਹਾਲੀ ਨਹੀਂ ਚੱਲਣ ਦੇਣੀ ਜੇ ਚੌਪਈ ਨੂੰ ਮੰਨਦੇ ਨੇ ਤੇ ਵਿਦਰੋਹ ਖਿਆਨ ਇਹਨਾਂ ਨੂੰ ਮੰਨਣਾ ਪਵੇਗਾ ਜੇ ਚੌਪਈ ਨੂੰ ਨਹੀਂ ਮੰਨਦੇ ਤੇ ਪੰਥ ਤੋਂ ਬਾਹਰ ਹੋ ਜਾਣ ਹੋਰ ਆਪਣਾ ਲੈਣ ਸਭ ਤੇ ਪੰਥ ਤੇ ਕੁਛ ਨਹੀਂ ਕਰਦੇ ਜੇ ਚੌਪਈ ਨੂੰ ਮੰਨਦੇ ਤੇ ਵਿਦਰੋਹ ਕੋ ਖਿਆਨ ਮੰਨਣਾ ਪਵੇਗਾ ਜੇ ਵਿਦਰੋਹ ਕੋ ਸਹਿ ਚੌਪਈ ਨੂੰ ਨਹੀਂ ਮੰਨਦੇ ਤੇ ਆਪਣਾ ਅੰਮ੍ਰਿਤ ਵੱਖਰਾ ਬਣਾ ਲੈਣ ਜਿਵੇਂ ਕਾਲਾ ਫਗਾਨਾ ਕਹਿੰਦਾ ਸੁਖਮਣੀ ਸਾਹਿਬ ਪੜ੍ਹ ਕੇ ਬਣਾ ਦਿੱਤਾ ਕਦੀ ਕਹਿੰਦਾ ਜਪਜੀ ਸਾਹਿਬ ਪੜ੍ਹ ਕੇ ਬਣਾ ਦਿੱਤਾ ਉਹ ਪਈਏ ਦੇ ਕੋਈ ਪ੍ਰਮਾਣ ਵੀ ਹੋਵੇ ਕੋਈ ਉਦਾਹਰਣ ਵੀ ਹੋਵੇ ਇਸ ਤੋਂ ਪਹਿਲਾਂ ਭਾਈ ਗੁਰਸਿੰਘ ਜੀ ਨੇ 1797 ਦੇ ਵਿੱਚ ਗੁਰਬਿਲਾਸ ਲਿਖਿਆ ਉਹਨੇ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗ੍ਰੰਥ ਕਵੀ ਦਾ ਕਿਰਤ ਮੰਨਿਆ 1768 ਦੇ ਵਿੱਚ ਇਹ ਗੁਰਬਿਲਾਸ ਕੇਸਰ ਸਿੰਘ ਉਸਨੇ
ਸਾਰਨੀਨਾਮਾ ਦਸਮਾ ਪੰਨਸਾ ਪਾਸ਼ਰੀਆਂ ਦਾ ਲਿਖਿਆ, ਉਹਨੇ ਸਾਰੇ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਿਆ। 1851 ਦੇ ਵਿੱਚ ਕੇਸ ਕੋਇਲ ਸਿੰਘ ਦਾ ਗੁਰਬਿਲਾਸ ਲਿਖਿਆ। ਗੁਰੂ ਸਾਹਿਬ ਤੋਂ ਕੇਵਲ 48 ਸਾਲ ਬਾਅਦ ਉਹਨੇ ਵੀ ਸਾਰੀ ਰਚਨਾ ਗੁਰਮਤਿ ਧਰਤੀ ਦੀ ਮੰਨੀ। ਕਿਆ ਉਹ ਸਾਰੇ ਸਿੱਖ ਅਗਿਆਨੀ ਸਨ? ਮੈਂ ਪੁੱਛਦਾ ਹਾਂ, 1812 ਦੇ ਵਿੱਚ ਅੰਗਰੇਜ਼ ਲੇਖਕ ਨੇ ਲਿਖਿਆ ਕਿ ਮੈਂ ਸਿੱਖਾਂ ਦੇ ਦੀਵਾਨ ਵਿੱਚ ਗਿਆ, ਸਿੱਖਾਂ ਦਾ ਦੀਵਾਨ ਵੇਖਿਆ, ਸਿੰਘਾਂ ਦਾ ਦੀਵਾਨ, ਸਿੱਖ ਸਜੇ ਹੋਏ ਸਨ, ਸ਼ਸਤਰਧਾਰੀ ਸਨ, ਬਾਣੀ ਪੜ੍ਹ ਰਹੇ ਸਨ। ਉੱਥੇ ਦੋ ਗ੍ਰੰਥਾਂ ਦਾ ਪ੍ਰਕਾਸ਼ ਸੀ, ਉਹ ਕਹਿੰਦਾ ਇੱਕ ਦਾ ਨਾਂ ਆਦਿ ਗ੍ਰੰਥ, ਦੂਜੇ ਦਾ ਨਾਂ ਦਸਮ ਗ੍ਰੰਥ। ਕਿਆ 1812 ਵਿੱਚ ਅਕਾਲੀ ਬੂਟਾ ਸਿੰਘ ਦੇ ਸਮੇਂ ਦੋ ਗ੍ਰੰਥ ਪ੍ਰਕਾਸ਼ ਸਨ ਕਿ ਅਕਾਲੀ ਬੂਟਾ ਸਿੰਘ ਗੁਰੂ ਦਾ ਸਿੱਖ ਨਹੀਂ ਸੀ? ਇਹ ਸਵਾਲ ਹੈ। ਇਹ ਸਵਾਲ ਕੇਵਲ ਇਹਨਾਂ ਨੂੰ ਕਿਉਂ ਉੱਠਿਆ? ਔਰ ਫਿਰ ਇਹ ਮੰਨਦੇ ਹਨ ਪੰਥ ਦਾ ਮਹਾਨ ਵਿਦਵਾਨ ਗਿਆਨੀ ਜਿੱਤ ਸਿੰਘ ਮੰਨਦੇ ਹਨ ਕਿ ਗਿਆਨੀ ਜਿੱਤ ਸਿੰਘ ਨੇ ਪੰਥ ਨੂੰ ਬਹੁਤ ਵੱਡੀ ਦੇਣ ਦਿੱਤੀ। ਇਹ ਵੀ ਮੰਨਦੇ ਨੇ ਕਿ ਸਾਡੀ ਸਾਰੀ ਵਿਚਾਰਧਾਰਾ ਗਿਆਨੀ ਜਿੱਤ ਸਿੰਘ ਤੋਂ ਆਈ ਹੈ। ਇਹ ਵੀ ਮੰਨਦੇ ਨੇ ਕਿ ਸਾਡਾ ਪਿਤਾਮਾ ਗਿਆਨੀ ਜਿੱਤ ਸਿੰਘ ਹੈ। ਪਰ ਸਾਹਿਬ ਜੀ ਹੁਣੇ ਹੁਣੇ ਸਿੱਖ ਲਹਿਰ ਨੇ ਕਿਤਾਬ ਛਾਪੀ ਹੈ ਦੁਰਗਾ ਪ੍ਰਬੋਧ, ਗਿਆਨੀ ਜਿੱਤ ਸਿੰਘ ਹੋਰਾਂ ਦੀ ਲਿਖੀ ਹੋਈ, ਅਤੇ ਦਾਸ ਨਾਲ ਲੈ ਕੇ ਆਇਆ ਜੇ ਕਿਸੇ ਨੇ ਦੇਖਣੀ ਹੋਵੇ ਦੇਖ ਸਕਦਾ। ਚਿੱਤਰ ਨਾਟਕ ਵਿੱਚੋਂ, ਕ੍ਰਿਸ਼ਨਾ ਅਵਤਾਰ ਵਿੱਚੋਂ, ਰਾਮਾ ਅਵਤਾਰ ਵਿੱਚੋਂ, ਚਰਿੱਤਰਾਂ ਵਿੱਚੋਂ, ਚਰਿੱਤਰਾਂ ਸਾਹਿਬ ਨੇ ਦਿੱਤਾ ਗਿਆਨੀ ਜਿੱਤ ਸਿੰਘ ਨੇ। ਕਹਿੰਦਾ ਕਲਗੀਧਰ ਆਪਣੇ ਲਿਖੇ ਹੋਏ ਚਰਿੱਤਰਾਂ 'ਚ ਕਹਿ ਰਹੇ ਨੇ, ਸੁੱਧ ਜਪਦੇ ਹਮ ਧਰੀ ਬਚਨ ਗੁਰਦੇ ਹਮਾਰੇ, ਊਂ ਦੀ ਹੈ ਪਰਮ ਕੋਏ ਪ੍ਰਾਣ ਜਪ ਲੰਕਟ ਧਾਰ ਨਾ ਥਾਰੇ, ਨਿਜ ਨਾਰੀ ਕੇ ਸਾਥ ਮਿਲ ਤੁਮ ਨੇ ਵਧਾਈਓ, ਪਰ ਨਾਰੀ ਕੀ ਸੇ ਹੂਣ ਸੁਪਨੇ ਨੂੰ ਨਾ ਜਾਈਓ। ਇਹ ਗੱਲ ਗਿਆਨੀ ਜਿੱਤ ਸਿੰਘ ਜੀ ਨਹੀਂ ਮੰਨਦੇ ਹਨ। ਜੇ ਗਿਆਨੀ ਜਿੱਤ ਸਿੰਘ ਜੀ ਇਹਨਾਂ ਦੇ ਪਿਛਲੀਆਂ ਦੇ ਕਿਤਾਬਾਂ ਹਨ, ਮਾਫ ਕਰਨਾ, ਤੇ ਫਿਰ ਇਹ ਉਹਨਾਂ ਦੀ ਗੱਲ ਵੀ ਨਹੀਂ ਮੰਨਦੇ। ਕਿਤੇ ਜਿਵੇਂ ਸਿੰਘ ਸਾਹਿਬ ਦੱਸ ਕੇ ਗਏ ਨਾ ਭਾਈ ਕੁਲਦੀਪ ਸਿੰਘ ਜੀ ਵੀ ਮੇਰੇ ਆਪ ਦਾ ਚੇਲਾ ਹੀ ਉਲਟ ਹੋ ਗਿਆ ਸਿੰਘਾਂ ਤੋਂ, ਇਹ ਆਪਣੇ ਪ੍ਰੋਫੈਸਰਾਂ ਤੋਂ ਹੀ ਉਲਟ ਹੋ ਗਏ। ਸਭ ਤੋਂ ਲੇਟੈਸਟ ਜਿਹੜੇ ਸਾਡੇ ਵਿਦਵਾਨ ਹੋਏ ਪ੍ਰਿੰਸੀਪਲ ਸਾਹਿਬ ਸਿੰਘ, ਸਿੱਖ ਮਿਸ਼ਨਰੀ ਕਾਲਜ ਸਿੰਘੀ ਤੇ ਅੰਮ੍ਰਿਤਸਰ, ਉਹਨਾਂ ਨੇ ਵੀ ਕਿਸਮ ਭਗਵਤੀ ਦੇ ਹੱਕ ਵਿੱਚ ਲਿਖਿਆ। ਕਿਸਮ ਭਗਵਤੀ ਸੁੰਦਰ ਕਿਹਾ, ਉਹਨਾਂ ਨੇ ਕਿਹਾ ਭਗਵਤੀ ਦਾ ਅਰਥ ਪਰਮਾਤਮਾ ਹੈ, ਪਰਮੇਸ਼ਰ ਹੈ, ਨਾ ਕਿ ਕੋਈ ਦੇਵੀ। ਪਰ ਅੱਜ ਧੱਕੇ ਨਾਲ ਅਰਥ ਚੱਲ ਰਹੇ ਨੇ, ਅੰਗਰੇਜ਼ੀ ਕਦੀ ਵੀ ਨਹੀਂ ਹੋ ਸਕਦਾ ਪਰਮਾਤਮਾ ਦਾ ਅਰਥ, ਤੇ ਫਿਰ ਜੇ ਭਗਵਤੀ ਪਰਮਾਤਮਾ ਨਹੀਂ ਹੋ ਸਕਦਾ ਤੇ ਮੁਰਾਰੀ ਦਾ ਅਰਥ ਪਰਮਾਤਮਾ ਵੀ ਨਹੀਂ ਹੋ ਸਕਦਾ, ਕਿ ਮੁਰਾਰੀ ਦਾ ਮਤਲਬ ਹੈ ਮੁਰ ਨਾਮ ਮਾਤਮਾ ਵਾਲਾ, ਉਹ ਕੌਣ ਸੀ? ਉਹ ਕ੍ਰਿਸ਼ਨ ਸੀ, ਫਿਰ ਉਹਦਾ ਅਰਥ ਕ੍ਰਿਸ਼ਨ ਹੀ ਕਰਨਾ ਪਵੇਗਾ। ਜਿੰਨੇ ਸਹੱਸਰ ਨਾਮੇ ਦੇ ਵਿੱਚ ਨਾਮ ਨੇ ਉਹਨਾਂ ਦੇ ਅਰਥ ਕਰਨ ਕਰੋਗੇ ਕਿਵੇਂ ਕਰੋਗੇ? ਗੱਲਾਂ ਬਹੁਤ ਨੇ, ਮੈਨੂੰ 2 ਘੰਟੇ ਚਾਹੀਦੇ ਘੱਟੋ ਘੱਟ ਇਸ ਵਿਸ਼ੇ ਤੇ ਬੋਲਣ ਲਈ, ਸਮਾਂ ਬਹੁਤ ਘੱਟ ਹੈ। ਮੈਂ ਇੱਕੋ ਗੱਲ ਕਹਿ ਰਿਹਾ, ਖਾਲਸਾ ਜੀ ਇਹ ਸਾਡੀਆਂ ਜੜ੍ਹਾਂ ਨੂੰ ਪੋਰਾ ਲਾਉਣ ਦੀ ਕੋਸ਼ਿਸ਼ ਅੱਜ ਦੀ ਨਹੀਂ ਕੀਤੀ ਗਈ। ਇੱਕ ਨਿਆਏ ਹੈ ਕਿ ਕਿਸੇ ਚੀਜ਼ ਨੂੰ ਸਿੱਧੇ ਤੌਰ ਤੇ ਕੰਡਨ ਕਰਨਾ ਬੜਾ ਔਖਾ ਹੁੰਦਾ। ਜਿਵੇਂ ਮੈਂ ਕਹਿ ਰਿਹਾ ਬਈ ਆ ਸ਼ੇਰ ਸਿੰਘ ਨਹੀਂ, ਤੇ ਤੁਸੀਂ ਕਹੋਗੇ ਲੈ ਤਾਂ ਝੂਠ ਬੋਲਦਾ, ਸ਼ੇਰ ਸਿੰਘ ਹੀ ਤਾਂ ਆਇਆ, ਫਿਰ ਕੀ ਕਹਿਣਾ ਪਵੇਗਾ? ਫਿਰ ਹੌਲੇ ਹੌਲੇ ਨਾ ਇਹ ਜਿਹੜੀ ਉਂਗਲੀ ਹੈ ਨਾ, ਇਹ ਸ਼ੱਕੀ ਲੱਗਦੀ ਹੈ, ਇਹ ਬਲੌਟੀ ਹੈ, ਹੋ ਸਕਦਾ ਸਰਜਰੀ ਕਰਕੇ ਲਵਾਈ ਹੋ। ਫਿਰ ਕਹਿਣਾ ਵੀ ਇਹ ਬਲੌਟੀ, ਫਿਰ ਹੌਲੇ ਹੌਲੇ ਜਿਹੜੇ ਮੰਨ ਕੇ ਲੋਕ ਵੀ ਹੱਥ ਬਲੌਟੀ ਹੈ, ਫਿਰ ਕਹਿਣਾ ਵੀ ਇਹਦੀ ਬਾਂਹ ਵੀ ਜਿਹੜੀ ਹੈ ਨਾ ਇਹ ਬਲੌਟੀ ਹੈ, ਫਿਰ ਇਹਦਾ ਮੋਢਾ, ਫਿਰ ਇਹ ਸਾਰਾ ਹੀ ਬਲੌਟੀ ਹੈ। 1849 ਵਿੱਚ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ, ਇਹ ਗੱਲ ਸਾਰੇ ਜਾਣਦੇ। ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਅੰਗਰੇਜ਼ਾਂ ਨੇ ਸਾਰੇ ਸਿੱਖ ਲਿਟਰੇਚਰ ਨੂੰ ਆਦਿ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਸਰਬਲੋਕ ਗ੍ਰੰਥ, ਸੂਝ ਪ੍ਰਕਾਸ਼, ਪੰਥ ਪ੍ਰਕਾਸ਼, ਸਾਰੇ ਗ੍ਰੰਥਾਂ ਦਾ ਮੁਕਾਬਲਾ ਕੀਤਾ। ਉਹਨਾਂ ਨੇ ਦੇਖਿਆ ਕਿ ਇਕੱਲਾ ਇਕੱਲਾ ਸਿੱਖ ਸਭਰਾਵਾਂ ਦੀ ਲੜਾਈ, ਜ਼ਿਲ੍ਹਿਆਂ ਵਾਲੀ ਦੀ ਲੜਾਈ ਦੇ ਵਿੱਚ ਇਕੱਲੇ ਇਕੱਲੇ ਸਿੱਖ ਨੇ 18-18 ਅੰਗਰੇਜ਼ ਤਲਵਾਰ ਨੂੰ ਝੁਕਾ ਦਿੱਤੇ ਨੇ, ਇਹ ਕੀ ਬਲਾ ਨੇ ਇਹਨਾਂ ਦੀ ਸਪਿਰਿਟ, ਇਹ ਜੰਗੀ ਮਾਸਟਰ ਸਪਿਰਿਟ ਕਿੱਥੋਂ? ਫਿਰ ਉਹਨਾਂ ਆਖਿਆ ਵੀ ਇਹਨਾਂ ਦੇ ਗ੍ਰੰਥ ਪੜ੍ਹੋ। ਜਦੋਂ ਗ੍ਰੰਥ ਪੜ੍ਹੇ, ਉਹ ਇਸ ਨਿਰਣੇ ਤੇ ਪਹੁੰਚੇ ਕਿ ਜਿਹੜਾ ਸਵਾ ਸਵਾ ਲੱਖ ਨਾਲ ਲੜਨ ਦੀ ਸਪਿਰਿਟ ਪੈਦਾ ਕਰਦਾ ਉਹ ਦਸਮ ਗ੍ਰੰਥ ਹੈ। ਦਸਮ ਗ੍ਰੰਥ ਪੜ੍ਹ ਕੇ ਤਾਕਤ ਨੂੰ ਕਰਦੀ ਕਟਾਰੀ, ਕੜਾਕਨ ਤਾਕਤਨ ਪੀਰਨ ਸੁਪਨ ਕੜਾਕਨ ਝਾਕਤਨ ਲਾਕਤਨ ਭਗਤਨ ਪਾਜੇ ਡਾਕਤਨ ਗਾਜੀ ਮਾਂ ਪੈਲੇ ਗਾਜੇ ਟੋਲੇ ਤੇ ਆਪੇ ਫਸਣ ਲੱਗ ਜਾਂਦੇ, ਪਾਣੀ ਲੱਗ ਜਾਂਦੀ ਹੈ ਦਸਮ ਗ੍ਰੰਥ ਪੜ੍ਹ ਕੇ, ਸੂਰਮੇ ਬਣਦੇ ਨੇ, ਬਹਾਦਰ ਬਣਦੇ ਨੇ।
ਕਰਦੇ ਰਹੇ, ਵਿਸ਼ਵਾਸ ਕਰਦੇ ਰਹੇ, ਇਹਨੇ ਸਾਨੂੰ ਰਾਜ ਕਰਨ ਦੇਣਗੇ। ਰਾਜ ਕਰਨ ਦਾ ਤਰੀਕਾ ਇਹਨਾਂ ਨੂੰ ਇਸ ਗ੍ਰੰਥ ਤੋਂ ਬੇਮੁਖ ਕੀਤਾ ਜਾਵੇ, ਉਹਦੇ ਵਾਸਤੇ ਤਰੀਕਾ ਵਰਤਿਆ ਗਿਆ। ਸਿੱਖੀ ਰੂਪ ਦੇ ਵਿੱਚ ਤਰਪਾਨਾ ਪਵਾ ਕੇ, ਪੱਗਾਂ ਬਣਾ ਕੇ, ਬਣਾਉਟੀ ਸਿੱਖ ਪ੍ਰਚਾਰਕ ਪੈਦਾ ਕਰਕੇ ਸਾਡੇ ਅੰਦਰ 2-4% ਉਹਨਾਂ ਕੋਲੋਂ ਕਦੀ ਦਸਮ ਗ੍ਰੰਥ 'ਤੇ, ਕਦੀ ਭਗਤਾਂ ਦੀ ਬਾਣੀ 'ਤੇ, ਕਦੀ ਭੱਟਾਂ ਦੇ ਸਵਈਆਂ 'ਤੇ, ਕਦੀ ਰਾਮ ਕਲੀ ਦੀ ਸੱਤੇ ਪਰਵੰਡੇ ਦੀ ਵਾਰ 'ਤੇ, ਕਦੀ ਭਾਈ ਗੁਰਦਾਸ ਦੀ ਦਸਵੀਂ ਵਾਰ 'ਤੇ, ਕਦੀ ਉਕਤਾਲੀ ਵਾਰ 'ਤੇ, ਕਦੀ ਇਕਤਾਲੀ ਵਾਰ 'ਤੇ ਕਿਸ ਟੁਕਰਾਏ, ਫਿਰ ਸੂਰਜ ਪ੍ਰਕਾਸ਼ 'ਤੇ ਕਰਨ ਫੇਰ ਦਿੱਤੀ, ਪੰਥ ਪ੍ਰਕਾਸ਼ ਨੂੰ ਪੌਣੇ ਦੱਸ ਦਿੱਤਾ, ਸਾਰਾ ਲਿਟਰੇਚਰ ਸਾਡੇ ਅੰਦਰ ਵਹਿਮੀ ਭਰ ਕੇ ਬਣਾ। ਇਹ ਕਹਿ ਦਿੰਦਾ ਇਹਨਾਂ ਨੇ ਬ੍ਰਾਹਮਣਾਂ ਨੇ ਮਿਲਾਵਟ ਕੀਤੀ ਹੈ। ਮੈਨੂੰ ਦੱਸੋ ਕਿਹੜੇ ਬ੍ਰਾਹਮਣ ਨੇ ਮਿਲਾਵਟ ਕੀਤੀ ਹੈ ਤੇ ਕਿੱਥੇ ਕੀਤੀ ਹੈ? ਕੁਛ ਸਾਬਤ ਕਰ, ਗੱਲ ਨੂੰ ਸਮਝਿਆ ਨਹੀਂ। ਜਿਸ ਗੱਲ ਦੇ ਲਈ ਕਵੀ ਲਿਖਦੇ ਰਹੇ, ਜਿਹੜੀ ਗੱਲ ਵਿੱਚ ਮੁੱਦਾ ਸੀ, ਇੱਕ ਵਿਚਾਰ ਸੀ, ਉਹ ਉਸਨੂੰ ਨਹੀਂ ਸਮਝਿਆ ਤੇ ਅਣਸਮਝੀ ਦਾ ਕਾਰਨ ਸਾਡੇ ਨਾਲ ਉਹ ਹਾਲਤ ਹੋਈ ਹੈ ਜਿਵੇਂ ਇੱਕ ਰਾਜੇ ਦੇ ਦਰਬਾਰ ਵਿੱਚ ਜੁਲਾਇਆ ਗਿਆ। ਜੁਲਾਇਆ ਉਹ ਜਿਹੜਾ ਕੱਪੜੇ ਹੋਣ ਦਾ ਕੰਮ ਕਰਦਾ, ਉਹਨੇ ਆਖਿਆ ਰਾਜਾ ਸਾਹਿਬ ਮੈਂ ਬੜੇ ਕਮਾਲ ਦਾ ਇੱਕ ਕੰਮ ਕੀਤਾ, ਜੋ ਪੱਗ ਤਿਆਰ ਕੀਤੀ ਹੈ ਉਹ ਪੱਗ ਮੈਂ ਆਪਣੀ ਨੂੰ ਦੋ ਦੇ ਦਿਖਾਵਾਂ। ਰਾਜੇ ਨੇ ਕਿਹਾ ਦਿਖਾ। ਉਹ ਕਹਿੰਦਾ ਜੀ ਮੈਂ ਅੱਜ ਤਾਂ ਨਹੀਂ ਲੈ ਕੇ ਆਇਆ, ਤੁਸੀਂ ਦਰਬਾਰ ਲਾਓ ਫਿਰ ਮੈਂ ਸਾਰਿਆਂ ਦੇ ਸਾਹਮਣੇ ਦਿਖਾਵਾਂ। ਰਾਜੇ ਨੇ ਦਰਬਾਰ ਸੱਦ ਲਿਆ, ਬੜੇ ਬੜੇ ਆ ਗਏ, ਕਹਿੰਦੇ ਉਹ ਪੱਗ ਇਹ ਹੈ ਵੀ ਮੇਰੇ ਕੋਲ ਗੱਦੀ ਦੀ ਪੰਗ ਹੈ, ਉਹ ਕੀਮਤੀ ਬਹੁਤ ਛੋਟੀ ਮਲਮਲ ਦੀ ਪੱਗ ਹੈ, ਮੈਂ ਤੁਹਾਨੂੰ ਦਿਖਾਵਾਂਗਾ ਸਾਰਾ ਸਥਾਨ ਖੋਲ੍ਹ ਕੇ, ਪਰੰਤੂ ਨਜ਼ਰ ਉਸ ਨੂੰ ਆਵੇਗੀ ਜਿਹੜਾ ਆਪਣੇ ਸਕਾ ਪੁੱਤਰ ਹੋਵੇਗਾ, ਜਿਹੜਾ ਪਿਓ ਦਾ ਪੁੱਤਰ ਨਾ ਹੋਇਆ ਉਹਨੂੰ ਨਜ਼ਰ ਕੋਈ ਨਹੀਂ ਆਉਣੀ। ਰਾਜੇ ਨੇ ਆਖਿਆ ਠੀਕ ਆ, ਬਹਿ ਗਈ ਸਭਾ, ਉਹਦੇ ਵਿੱਚ ਲੱਗ ਪਿਆ, ਉਹ ਜਗਾਏ ਸਿੰਘ ਵਕਤੀ ਚੌਂਕੀ 'ਤੇ ਬਿਠਾਇਆ, ਆਪਣੇ ਆਪਣੇ ਵਜ਼ੀਰ ਅਮੀਰ ਆ ਗਏ, ਸੰਭਾਲਾ ਗਈ, ਪ੍ਰਜਾ ਆ ਗਈ, ਉਹ ਐਨਾ ਖਾਲੀ ਆਸਣ 1 ਮੀਟਰ 2 ਮੀਟਰ 3 ਮੀਟਰ ਖਾਲੀ ਕਰੀ ਗਿਆ ਤੇ ਰਾਜੇ ਨੂੰ ਸ਼ੱਕ ਹੋ ਗਿਆ ਵੀ ਮੇਰੀ ਮਾਂ ਦੇ ਬਲੀਨ ਹੋ ਗਿਆ ਆਪਣੀ ਮਾਂ ਤੇ, ਬਾਕੀਆਂ ਨੂੰ ਸਾਰੀਆਂ ਨੂੰ ਸਾਰਿਆਂ ਨੂੰ ਕੋਈ ਦੋਵੇ ਕਿਹੜਾ ਜਿਹੜਾ ਦੋਵੇ ਉਹਨੇ ਦੂਜਿਆਂ ਨੂੰ ਜਿਹਨੇ ਆਖਣਾ ਵੀ ਉਹ ਸਾਰੇ। ਰਾਜਾ ਕਹਿੰਦਾ ਬਹੁਤ ਵਧੀਆ ਪੱਗ ਹੈ, ਬਹੁਤ ਠੀਕ ਹੈ, ਬਹੁਤ ਅੱਛੀ ਹੈ। ਵਜ਼ੀਰ ਕਹਿੰਦਾ ਹਾਂ ਹਾਂ ਰਾਜਾ ਸਾਹਿਬ ਕਮਾਲ ਹੋਈ ਪਈ ਹੈ, ਪਰ ਪਿੱਛੇ ਤੇ ਸਾਰੀ ਪ੍ਰਜਾ ਹਾਹਾਕਾਰ, ਉਹੀ ਗੱਲ ਸਾਡੀ ਬਣੀ, ਸਾਨੂੰ ਆਪਣੇ ਗੁਰੂ ਦੇ ਕਦੀ ਗੁਰੂ ਗ੍ਰੰਥ ਸਾਹਿਬ 'ਤੇ, ਕਦੀ ਦਸਮ ਗ੍ਰੰਥ 'ਤੇ, ਕਦੀ ਭਾਈ ਪ੍ਰਸਾਦ 'ਤੇ, ਜੇ ਉਹਦੇ ਜਲਾਬ ਨੂੰ ਸ਼ੱਕਾ ਪਾ ਦਿੰਦੇ ਨੇ ਸਾਨੂੰ ਮਤਲਬ ਕੋਈ ਆਉਂਦਾ ਕੋਈ ਨਹੀਂ, ਅਸੀਂ ਵਾਹ ਵਾਹ ਕਰਕੇ ਉਹਨਾਂ ਨੂੰ ਉਡਿਆ ਦਿੰਦੇ ਹਾਂ। ਖਾਲਸਾ ਜੀ ਸਮਝਣ ਦੀ ਲੋੜ ਹੈ, ਅੱਜ ਸਾਨੂੰ ਆਪਣੇ ਵਿਰਸੇ ਸੰਭਾਲਣ ਦੀ ਲੋੜ ਹੈ, ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਦੀ ਲੋੜ ਹੈ। ਇਹ ਬਹੁਤ ਵੱਡਾ ਖਜ਼ਾਨਾ, ਤੂੰ ਗ੍ਰੰਥ ਮੈਂ ਬਾਣੀ ਜੋਈ, ਚੁੰਨ ਚੁੰਨ ਕੰਠ ਕਰੈ ਨੇ ਸੋਇਆ ਜਨਾਨੇ ਦਾ ਬਚਣਾ, ਦੋਵਾਂ ਬਾਣੀ ਸਾਡਾ ਬਜ਼ੁਰਗਾਂ ਨੇ ਨਿਤ ਨੇ ਬਣਾਇਆ, ਸਵੇਰ ਦਾ ਨਿਤ ਨੇਮ ਉਹ ਵੀ ਦੋਵਾਂ ਗ੍ਰੰਥਾਂ ਵਿੱਚੋਂ, ਸ਼ਾਮ ਦਾ ਨਿਤ ਨੇਮ ਉਹ ਵੀ ਦੋਵਾਂ ਗ੍ਰੰਥਾਂ ਦੇ ਵਿੱਚੋਂ, ਅੰਮ੍ਰਿਤ ਛਕਾਇਆ ਦੋਵਾਂ ਗ੍ਰੰਥਾਂ ਦੇ ਵਿੱਚੋਂ। ਫਿਰ ਜਿਵੇਂ ਕਹਿ ਦਿੰਦੇ ਨੇ ਉਹ ਵੱਖਰਾ ਉਹ ਵੱਖਰਾ, ਪਤਾ ਨਹੀਂ ਕਿ ਆਪਣੇ ਆਪਣੇ ਮਨ ਦੀ ਘੜਦੇ ਖਿਆਲਾਤ ਨੇ, ਸਾਰਾ ਦਿਨ ਜਿੱਥਾ ਵੀ ਸਦੀ ਵਿੱਚ ਜਾਣਾ ਜੇ ਤੇ ਸਾਨੂੰ ਪੁਰਾਤਨਤਾ ਮੰਨਣੀ ਪਵੇ। ਅੱਜ ਬਹੁਤ ਸਾਰੇ ਲੋਕਾਂ ਨੇ ਇਹ ਪੁਰਾਣੀ ਜ਼ਿੰਦਗੀ ਲਿਖ ਦਿੱਤਾ, ਕਹਿੰਦੇ ਨਿਹੰਗਾਂ ਨੇ ਕੀ ਕੀਤਾ, ਕਹਿੰਦੇ ਨਿਹੰਗਾਂ ਨੇ ਤੇ ਸੁੱਖਾ ਕਿਹੜੇ ਪੈਦਾ ਕੀਤੇ ਨੇ? ਮੈਨੂੰ ਇਹ ਦੱਸੋ ਕਿ ਅਕਾਲੀ ਬੁੱਢਾ ਸਿੰਘ ਪੈਦਾ ਨਹੀਂ ਕੀਤਾ ਨਿਹੰਗਾਂ ਨੇ? ਬਾਬਾ ਦੀਪ ਸਿੰਘ ਪੈਦਾ ਨਹੀਂ ਕੀਤਾ? ਤੇ ਇਸ ਸਦੀ ਦੇ ਵਿੱਚ ਨਿਹੰਗਾਂ ਨੇ ਅਕਾਲੀ ਕੌਰ ਸਿੰਘ ਵਰਗਾ ਵਿਦਵਾਨ ਪੈਦਾ ਨਹੀਂ ਕੀਤਾ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੋਂ ਕਤਕੜਾ ਲਿਖਿਆ ਹੈ? ਇਹੋ ਜਿਹੀਆਂ ਵਿਹੂਲੀਆਂ ਗੱਲਾਂ ਸਿਰਫ ਇਸ ਵਾਸਤੇ ਵੀ ਨਿਹੰਗ ਸਿੰਘ ਦਸਮ ਗ੍ਰੰਥ ਨੂੰ ਮੰਨਦੇ ਨੇ। ਸੰਤਨ ਕੀ ਸੁਣ ਸਾਚੀ ਸਾਫੀ ਸੋ ਬੋਲਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।